ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰ ਦੀ ਮਹਿਮਾ ਸਾਰੇ ਜੱਗ ਦੇ ਵਿੱਚ ਗਾਈ ਜਾਂਦੀ ਹੈ। ਹਰ ਇੱਕ ਸਿਰ ਇੱਥੇ ਆ ਕੇ ਝੁਕਦਾ ਹੈ। ਇੱਕ ਸਤਿਕਾਰ ਅਤੇ ਸ਼ਰਧਾ ਇੱਥੇ ਆ ਕੇ ਆਪਣੇ ਆਪ ਹੀ ਬਣ ਜਾਂਦੀ ਹੈ। ਵੱਡੇ ਤੋਂ ਵੱਡਾ ਦੁੱਖ ਇੱਥੇ ਦੂਰ ਹੁੰਦਾ ਹੈ। ਗੱਲ ਹੈ ਸਿਰਫ ਵਿਸ਼ਵਾਸ ਅਤੇ ਸ਼ਰਧਾ ਦੀ। ਬਿਨਾਂ ਵਿਸ਼ਵਾਸ ਦੇ ਤਾਂ ਕੁਝ ਨਹੀਂ ਹੋ ਸਕਦਾ। ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਆਪਣਾ ਤਨ ਮਨ ਭੇਟ ਕਰਕੇ ਹਰ ਦੁੱਖ ਤੋਂ ਛੁਟਕਾਰਾ ਮਿਲ ਜਾਂਦਾ ਹੈ, ਜੇਕਰ ਅੰਦਰ ਵਿਸ਼ਵਾਸ ਹੋਵੇ। ਦੁਨੀਆ ਦਾ ਕੋਈ ਵੀ ਇਨਸਾਨ ਹੋਵੇ, ਕਿਸੇ ਵੀ ਧਰਮ ਜਾਤੀ ਦਾ, ਪਰਮਾਤਮਾ ਦੀ ਕਿਰਪਾ ਤਾਂ ਸਭ ਦੇ ਉੱਤੇ ਸਮਾਨ ਹੁੰਦੀ ਹੈ। ਇਹ ਗੁਰੂ ਰਾਮਦਾਸ ਜੀ ਦਾ ਦਰ ਸ਼੍ਰੀ ਹਰਿਮੰਦਰ ਸਾਹਿਬ ਸਰਬ ਸਾਂਝਾ ਦਰਬਾਰ ਹੈ ਅਤੇ ਇਸ ਦੇ ਸਰੋਵਰ ਦੀ ਮਹਿਮਾ ਸਾਰਾ ਜਗਤ ਜਾਣਦਾ ਹੈ। ਅੱਜ ਇੱਕ ਘਟਨਾ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਜਿਸ ਨੂੰ ਸੁਣ ਕੇ ਦੇਖ ਕੇ ਸਭ ਦੀਆਂ ਅੱਖਾਂ ਖੁੱਲ੍ਹ ਗਈਆਂ ਸਨ ਅਤੇ ਸੱਚਾਈ ਜਾਣ ਕੇ ਇੱਕ ਚਮਤਕਾਰ ਦਾ ਖੁਲਾਸਾ ਹੋਇਆ ਸੀ, ਜਿਸ ਤੋਂ ਕੋਈ ਵੀ ਇਨਕਾਰ ਨਹੀਂ ਕਰ ਸਕਿਆ, ਕਿਉਂਕਿ ਉੱਥੇ ਕੋਈ ਵੀ ਸ਼ੱਕ ਦੀ ਜਗ੍ਹਾ ਨਹੀਂ ਸੀ। ਸਰਦਾਰ ਕੇਵਲ ਸਿੰਘ ਆਪਣੇ ਕੁਝ ਸਾਥੀਆਂ ਦੇ ਨਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਰੇਲਵੇ ਸਟੇਸ਼ਨ ਤੋਂ ਟ੍ਰੇਨ ਦੇ ਵਿੱਚ ਬੈਠੇ। ਕਿਸੇ ਮੀਟਿੰਗ ਦੇ ਸਿਲਸਿਲੇ ਦੇ ਲਈ ਉਹ ਮੱਧ ਪ੍ਰਦੇਸ਼ ਜਾ ਰਹੇ ਸੀ। ਟ੍ਰੇਨ ਦੇ ਵਿੱਚ ਉਹ ਆਪਣੇ ਡੱਬੇ ਦੇ ਵਿੱਚ ਆਪਣੀਆਂ ਸੀਟਾਂ ਦੇ ਕੋਲ ਪਹੁੰਚੇ। ਉਹਨਾਂ ਨੇ ਦੇਖਿਆ ਕਿ ਉਸੀ ਡੱਬੇ ਦੇ ਵਿੱਚ ਇੱਕ ਮੁਸਲਮਾਨ ਫੈਮਿਲੀ ਪਹਿਲਾਂ ਤੋਂ ਹੀ ਬੈਠੀ ਹੋਈ ਸੀ। ਮੀਆਂ ਬੀਬੀ ਅਤੇ ਉਹਨਾਂ ਦਾ 8 ਕੁ ਸਾਲ ਦਾ ਲੜਕਾ, ਜੋ ਕਿ ਉਸ ਸਮੇਂ ਸੌ ਰਿਹਾ ਸੀ। ਉਸ ਫੈਮਿਲੀ ਨੇ ਵੀ ਉਸੀ ਡੱਬੇ ਦੇ ਵਿੱਚ ਸਫ਼ਰ ਕਰਨਾ ਸੀ। ਇਸ ਵਿੱਚ ਕੋਈ ਵੱਡੀ ਗੱਲ ਨਹੀਂ ਸੀ, ਪਰ ਇੱਕ ਬੜੀ ਹੀ ਹੈਰਾਨੀ ਦੀ ਗੱਲ ਸੀ ਅਤੇ ਸ਼ੱਕ ਦੇ ਨਾਲ ਭਰੀ ਹੋਈ ਘਟਨਾ ਉੱਥੇ ਵਾਪਰੀ। ਕੇਵਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਇੱਕ ਅਜਿਹਾ ਦ੍ਰਿਸ਼ ਦੇਖਿਆ, ਜਿਸ ਨੂੰ ਦੇਖ ਉਹਨਾਂ ਦੇ ਕੋਲੋਂ ਰਿਹਾ ਨਹੀਂ ਗਿਆ। ਉਹਨਾਂ ਨੇ ਦੇਖਿਆ ਕਿ ਮੁਸਲਮਾਨ ਫੈਮਿਲੀ ਨੇ ਸੀਟ ਦੇ ਉੱਪਰ ਵਧੀਆ ਚਾਦਰਾਂ ਵਿਛਾ ਕੇ ਅਤੇ ਜਗ੍ਹਾ ਨੂੰ ਕੱਪੜਿਆਂ ਦੇ ਨਾਲ ਉੱਚਾ ਕਰਕੇ ਉਸ ਦੇ ਉੱਤੇ ਇੱਕ ਘੜਾ ਰੱਖਿਆ ਹੋਇਆ ਸੀ, ਜਿਸ ਨੂੰ ਇੱਕ ਵਧੀਆ ਕੱਪੜੇ ਦੇ ਨਾਲ ਢੱਕਿਆ ਹੋਇਆ ਸੀ ਅਤੇ ਆਪ ਉਹ ਫੈਮਿਲੀ ਥੱਲੇ ਬੈਠੀ ਹੋਈ ਸੀ। ਬੜਾ ਸਤਿਕਾਰ ਦਿੱਤਾ ਗਿਆ ਸੀ ਉਸ ਘੜੇ ਨੂੰ। ਸਿੰਘ ਇਹ ਦੇਖ ਕੇ ਬੜੇ ਹੈਰਾਨ ਸੀ ਕਿ ਉਸ ਮੁਸਲਮਾਨ ਨੇ ਪਤਾ ਨਹੀਂ ਕਿਹੜੀ ਐਸੀ ਚੀਜ਼ ਉਸ ਘੜੇ ਦੇ ਵਿੱਚ ਪਾਈ ਹੋਈ ਸੀ, ਜਿਸ ਨੂੰ ਉਹ ਇੰਨਾ ਸਤਿਕਾਰ ਦੇ ਰਹੇ ਸਨ। ਕੁਝ ਸਮਾਂ ਬਾਅਦ ਕੇਵਲ ਸਿੰਘ ਤੋਂ ਰਿਹਾ ਨਹੀਂ ਗਿਆ ਅਤੇ ਉਸਨੇ ਮੁਸਲਮਾਨ ਨੂੰ ਪੁੱਛ ਹੀ ਲਿਆ ਕਿ ਤੁਸੀਂ ਇਸ ਦੇ ਵਿੱਚ ਕੀ ਲੈ ਕੇ ਜਾ ਰਹੇ ਹੋ, ਕੀ ਹੈ ਇਸ ਘੜੇ ਦੇ ਵਿੱਚ ਜੋ ਇੰਨਾ ਸਤਿਕਾਰ ਦੇ ਰਹੇ ਹੋ ਅਤੇ ਇਸ ਦੇ ਸਤਿਕਾਰ ਦੇ ਵਿੱਚ ਤੁਸੀਂ ਥੱਲੇ ਬੈਠੇ ਹੋਏ ਹੋ। ਉਸ ਮੁਸਲਮਾਨ ਨੇ ਦੱਸਿਆ ਕਿ ਸਰਦਾਰ ਜੀ, ਅਸੀਂ ਇਸ ਦੇ ਵਿੱਚ ਆਬੇ ਹਯਾਤ ਲੈ ਕੇ ਜਾ ਰਹੇ ਹਾਂ। ਪਹਿਲਾਂ ਤਾਂ ਕੇਵਲ ਸਿੰਘ ਨੇ ਪੁੱਛਿਆ, ਆਬੇ ਹਯਾਤ ਦਾ ਕੀ ਮਤਲਬ ਹੈ? ਮੁਸਲਮਾਨ ਵੀਰ ਨੇ ਦੱਸਿਆ ਕਿ ਇਸ ਦਾ ਮਤਲਬ ਜੀਵਨ ਦੇਣ ਵਾਲਾ ਅੰਮ੍ਰਿਤ ਹੈ। ਕੇਵਲ ਸਿੰਘ ਅਤੇ ਉਸਦੇ ਸਾਥੀ ਮਨ ਹੀ ਮਨ ਮੁਸਕਰਾਉਣ ਲੱਗੇ ਅਤੇ ਸੋਚਣ ਲੱਗੇ ਕਿ ਇਸ ਨੂੰ ਕਿੱਥੋਂ ਇਸ ਤਰ੍ਹਾਂ ਦਾ ਅੰਮ੍ਰਿਤ ਮਿਲ ਗਿਆ। ਕੇਵਲ ਸਿੰਘ ਨੇ ਪੁੱਛਿਆ ਕਿ ਤੁਸੀਂ ਪਾਕਿਸਤਾਨ ਤੋਂ ਆਪਣੇ ਕਿਸੇ ਧਾਮ ਤੋਂ ਇਹ ਅੰਮ੍ਰਿਤ ਲੈ ਕੇ ਆਏ ਹੋ? ਅਟਾਰੀ ਬਾਘਾ ਬਾਰਡਰ ਤੋਂ ਹੁਣ ਵਾਪਸ ਆਪਣੇ ਘਰ ਲੈ ਕੇ ਜਾ ਰਹੇ ਹੋ? ਕਿੱਥੋਂ ਮਿਲਿਆ ਤੁਹਾਨੂੰ ਇਹ ਆਬੇ ਹਯਾਤ? ਤਾਂ ਉਸ ਮੁਸਲਮਾਨ ਨੇ ਜੋ ਸ਼ਬਦ ਕਹੇ ਉਹ ਸੁਣ ਕੇ ਸਭ ਦੇ ਕੰਨ ਅਤੇ ਅੱਖਾਂ ਫਟੀਆਂ ਰਹਿ ਗਈਆਂ। ਉਸਨੇ ਦੱਸਿਆ ਕਿ ਇਹ ਆਬੇ ਹਯਾਤ ਸ਼੍ਰੀ ਦਰਬਾਰ ਸਾਹਿਬ ਤੋਂ ਲੈ ਕੇ ਆ ਰਹੇ ਹਨ। ਕੇਵਲ ਸਿੰਘ ਅਤੇ ਉਸਦੇ ਸਾਥੀ ਚੁੱਪ ਰਹਿ ਗਏ ਅਤੇ ਕੁਝ ਸਮਾਂ ਬਾਅਦ ਕਹਿਣ ਲੱਗੇ ਕਿ ਤੈਨੂੰ ਕਿਸ ਤਰ੍ਹਾਂ ਪਤਾ ਕਿ ਇਹ ਦਰਬਾਰ ਸਾਹਿਬ ਦੇ ਸਰੋਵਰ ਦਾ ਜਲ ਆਬੇ ਹਯਾਤ ਹੈ? ਮੁਸਲਮਾਨ ਨੇ ਦੱਸਿਆ ਕਿ ਮੈਂ ਮੱਧ ਪ੍ਰਦੇਸ਼ ਭਲਾਈ ਦਾ ਰਹਿਣ ਵਾਲਾ ਹਾਂ। ਇਹ ਮੇਰਾ ਲੜਕਾ 8 ਸਾਲਾਂ ਦਾ ਹੈ ਅਤੇ ਜਨਮ ਤੋਂ ਹੀ ਉਸਨੂੰ ਇੱਕ ਐਸੀ ਬਿਮਾਰੀ ਹੈ ਜਿਸ ਨਾਲ ਉਸਨੂੰ ਸਾਹ ਲੈਣ ਦੇ ਵਿੱਚ ਬਹੁਤ ਤਕਲੀਫ ਹੁੰਦੀ ਸੀ ਅਤੇ ਇੱਕਦਮ ਸਾਹ ਰੁਕ ਜਾਂਦਾ ਸੀ। ਸਭ ਪਾਸੇ ਇਲਾਜ ਕਰਵਾਇਆ ਪਰ ਕੁਝ ਅਸਰ ਨਾ ਹੋਇਆ, ਪੈਸੇ ਵੀ ਬਹੁਤ ਲੱਗ ਗਏ। ਡਾਕਟਰਾਂ ਨੇ ਕਿਹਾ ਕਿ ਇਸਨੇ ਇਸੀ ਤਰ੍ਹਾਂ ਰਹਿਣਾ ਹੈ ਅਤੇ ਇਸ ਦੀ ਬਿਮਾਰੀ ਜਲਦ ਹੀ ਤੁਹਾਡੇ ਲੜਕੇ ਦੀ ਜਾਨ ਲੈ ਲਵੇਗੀ। ਪਰ ਸਾਡੇ ਕੋਲੋਂ ਆਪਣੇ ਬੱਚੇ ਦਾ ਦੁੱਖ ਦੇਖਿਆ ਨਹੀਂ ਜਾ ਰਿਹਾ ਸੀ। ਫਿਰ ਕਿਸੇ ਨੇ ਦੱਸਿਆ ਕਿ ਤੁਸੀਂ ਦਰਬਾਰ ਸਾਹਿਬ ਜਾ ਆਓ। ਕਿਸੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਦੇ ਕਹਿਣ 'ਤੇ ਆਪਾਂ ਭਲਾਈ ਤੋਂ ਸ਼੍ਰੀ ਦਰਬਾਰ ਸਾਹਿਬ 1 ਹਫ਼ਤਾ ਪਹਿਲਾਂ ਆਏ ਸੀ। ਆਪਣੇ ਬੱਚੇ ਨੂੰ ਆਪਣੀ ਆਖਰੀ ਉਮੀਦ ਦੇ ਨਾਲ, ਪੂਰੇ ਵਿਸ਼ਵਾਸ ਦੇ ਨਾਲ ਸਰੋਵਰ ਦੇ ਵਿੱਚ ਇਸ਼ਨਾਨ ਕਰਵਾਇਆ ਅਤੇ ਜਲ ਛਕਾਇਆ। ਪਹਿਲੇ ਦਿਨ ਤੋਂ ਹੀ ਆਪਾਂ ਆਪਣੇ ਬੱਚੇ ਦੇ ਵਿੱਚ ਫਰਕ ਦੇਖਿਆ। ਸਾਡਾ ਲੜਕਾ ਅਸੀਂ ਜਨਮ ਤੋਂ ਹੀ ਤਕਲੀਫ ਦੇ ਵਿੱਚ ਰੋਂਦਾ ਦੇਖਿਆ ਸੀ, ਪਰ ਤੀਸਰੇ ਦਿਨ ਕੁਝ ਅਜਿਹਾ ਚਮਤਕਾਰ ਹੋਇਆ ਕਿ ਆਪਾਂ ਆਪਣਾ ਲੜਕਾ ਪਹਿਲੀ ਵਾਰ ਆਰਾਮ ਦੇ ਵਿੱਚ ਅਤੇ ਹੱਸਦਾ ਹੋਇਆ ਦੇਖਿਆ। ਇਹ ਦੇਖ ਕੇ ਸਾਡਾ ਵਿਸ਼ਵਾਸ ਹੋਰ ਵੀ ਪੱਕਾ ਹੋ ਗਿਆ। ਆਪਾਂ ਆਪਣੇ ਬੱਚੇ ਨੂੰ ਕੋਈ ਦਵਾਈ ਨਹੀਂ ਦਿੱਤੀ ਅਤੇ 1 ਹਫ਼ਤਾ ਇਸ਼ਨਾਨ ਅਤੇ ਜਲ ਹੀ ਛਕਾਇਆ। ਯਕੀਨ ਨਹੀਂ ਆ ਰਿਹਾ ਸੀ ਕਿ ਇਹਨਾਂ ਦਾ 8 ਸਾਲਾਂ ਤੋਂ ਜੋ ਲੜਕਾ ਮੌਤ ਦੇ ਕੰਢੇ ਖੜ੍ਹਾ ਸੀ, ਉਹ ਅੱਜ ਬਿਲਕੁਲ ਠੀਕ ਠਾਕ ਆਪਣੇ ਪੈਰਾਂ 'ਤੇ ਖੜ੍ਹਾ ਸੀ।
ਸੋ ਉਸ ਮੁਸਲਮਾਨ ਨੇ ਕਿਹਾ ਕਿ ਸਾਡੇ ਲਈ ਆਬੇ ਹਯਾਤ ਹੀ ਹੈ ਅਤੇ ਹੁਣ ਮੈਂ ਇਹ ਆਪਣੇ ਸ਼ਹਿਰ ਲੈ ਕੇ ਜਾ ਰਿਹਾ ਹਾਂ ਤਾਂ ਜੋ ਜੇਕਰ ਕੋਈ ਉੱਥੇ ਬਿਮਾਰ ਹੋਇਆ ਤਾਂ ਮੈਂ ਉਸਨੂੰ ਇਹ ਅੰਮ੍ਰਿਤ ਦੇ ਦੇਵਾਂਗਾ ਅਤੇ ਦੱਸਾਂਗਾ ਕਿ ਇਹ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰ ਦਾ ਅੰਮ੍ਰਿਤ ਹੈ ਜੋ ਤੁਹਾਨੂੰ ਠੀਕ ਕਰੇਗਾ। ਬੜੇ ਅਫਸੋਸ ਦੀ ਗੱਲ ਹੈ ਕਿ ਅੱਜ ਸਾਡੇ ਆਪਣੇ ਹੀ ਸਿੱਖਾਂ ਦੇ ਵਿੱਚ ਇਸ ਦਰ ਅਤੇ ਸਰੋਵਰ ਬਾਰੇ ਸ਼ੱਕ ਅਤੇ ਭੇਦ ਭਰਮ ਹੈ। ਉਹਨਾਂ ਅੱਜ ਕੱਲ੍ਹ ਦੇ ਪੜ੍ਹੇ ਲਿਖੇ ਸਿੱਖਾਂ ਦੀ ਸੋਚ ਇਹ ਹੈ ਕਿ ਇਹ ਜਲ ਸਰੋਵਰ ਕੋਈ ਅੰਮ੍ਰਿਤ ਨਹੀਂ ਹੈ, ਸਿਰਫ ਨਹਾਉਣ ਦੇ ਲਈ ਬਣਾਇਆ ਗਿਆ ਸੀ ਅਤੇ ਸਾਡੇ ਗੁਰੂ ਨੇ ਸਾਨੂੰ ਇਹਨਾਂ ਇਮਾਰਤਾਂ ਦੇ ਨਾਲ ਨਹੀਂ ਜੋੜਿਆ। ਪਰ ਉਹਨਾਂ ਸਮਝਦਾਰਾਂ ਨੂੰ ਇਹ ਨਹੀਂ ਪਤਾ ਕਿ ਇਹ ਕੋਈ ਆਮ ਜਲ ਜਾਂ ਇਮਾਰਤਾਂ ਨਹੀਂ ਹਨ, ਇਹ ਗੁਰੂ ਰਾਮਦਾਸ ਅਤੇ ਗੁਰੂ ਅਰਜਨ ਦੇਵ ਜੀ ਨੇ ਖੁਦ ਤਿਆਰ ਕੀਤੀਆਂ ਹਨ ਅਤੇ ਲੱਖਾਂ ਹੀ ਸ਼ਹੀਦਾਂ ਦੇ ਸਿਰਾਂ ਦੇ ਉੱਤੇ ਇਹ ਇਮਾਰਤਾਂ ਖੜ੍ਹੀਆਂ ਹਨ। ਪਰ ਅੱਜ ਦੇ ਸਿੱਖਾਂ ਦੇ ਮਨਾਂ ਦੇ ਵਿੱਚ ਸ਼ੱਕ ਹੈ ਅਤੇ ਦੂਜਾ ਇਨਸਾਨ ਆਪਣੇ ਮਨ ਦੇ ਵਿੱਚ ਵਿਸ਼ਵਾਸ ਰੱਖ ਕੇ ਗੁਰੂ ਦੀ ਬਖਸ਼ਿਸ਼ ਲੈ ਰਿਹਾ ਹੈ ਅਤੇ ਸਾਡੇ ਸਿੱਖ ਅੱਜ ਵੀ ਤਰਕਾਂ ਦੇ ਵਿੱਚ ਫਸੇ ਹੋਏ ਹਨ।